पवन मैं पावन समाया, ज्योति मैं ज्योति रल जाया, ज्योति मैं ज्योति रल जाया, पवन मैं पावन समाया, ज्योति मैं ज्योति रल जाया, ज्योति मैं ज्योति रल thank you.
मनुख चढ़ाई कर जाता है धन साहब श्री गुरु अर्जन देव पंजवें पातशाह जी प्रवान करते हैं ये जड़ा मनुख कथे जाता है ये तो चलत पिया ये तो जी चल गया इतने फिर गुरमुख मनमुख की गल है जड़े मनमुख ने वो अगे चले जाते हैं पर जड़े गुरमुख ने ज्योति में जोत रल जाया जदों ज्योति दे विच जोत ए संपूर्ण रल जाती है सूरज किरण मिले जल का जल हुआ राम ज्योति जोत रली संपूर्ण थिया राम जदों जोत दे विच परम जोत दे विच एहे अपनी जोत रल जाती है उदों संपूर्णता हो जाती है जमन मरण का गेड़ चौरासी का गेड़ आ जिहड़ा ਇਹ ਕੱਟਿਆ ਜਾਂਦਾ ਹੈ ਜਿੰਨਾ ਚਿਰ ਇਹ ਜੋਤ ਪਰਮ ਜੋਤ ਦੇ ਵਿੱਚ ਨਹੀਂ ਰਲਦੀ ਉਹਨਾਂ ਚਿਰ ਜੰਮ ਜੰਮ ਮਰੇ ਮਰੇ ਫਿਰ ਜੰਮੇ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਕੇਤੇ ਗੁਰ ਚੇਲੇ ਹੋਏ ਕਿੰਨੇ ਵਾਰ ਬਾਪ ਬਣੇ ਕਿੰਨੇ ਵਾਰ ਬੇਟੇ ਬਣਿਆ ਗੁਰੂ ਬਣਿਆ ਚੇਲੇ ਬਣਿਆ ਇਹ ਜੰਮਣ ਦਾ ਮਰਨ ਦਾ ਗੇੜ ਚੁਰਾਸੀ ਦਾ ਪਿਆ ਰਹਿੰਦਾ ਜੋਤ ਜੋਤ 'ਚ ਨਹੀਂ ਰਲਦੀ ਕਿਵੇਂ ਰਲਦੀ ਆ ਜਦੋਂ ਮਨੁੱਖ ਸਿਮਰਨ ਕਰਦਾ ਬੰਦਗੀ ਕਰਦਾ ਆਪਣਾ ਜਨਮ ਸਵਾਰਦਾ ਬਾਣੀ ਪੜ੍ਹਨ ਦੇ ਨਾਲ ਸਿਮਰਨ ਕਰਨ ਦੇ ਨਾਲ ਜਿਹੜਾ ਦੇਣਾ ਲੈਣਾ ਨਾ ਦੇਣੇ ਲੈਣੇ ਦੇ ਸੰਬੰਧ ਨੇ ਉਹ ਸਾਰੇ ਕੱਟੇ ਲੈਂਦੇ ਨੇ ਬਾਣੀ ਪੜ੍ਹਨ ਦੇ ਨਾਲ ਜਦੋਂ ਦੇਣੇ ਲੈਣੇ ਦੇ ਸੰਬੰਧ ਖਤਮ ਹੋ ਗਿਆ ਦੇਣਾ ਲੈਣਾ ਕਰਜ਼ਾ ਉਦੋਂ ਇਹ ਮੁਕਤ ਹੋ ਜਾਂਦੀ ਹੈ ਮੁਕਤ ਕਹਿੰਦੇ ਨੇ ਕਰਜ਼ੇ ਤੋਂ ਮੁਕਤ ਹੋ ਗਿਆ ਫਰੋਕਤ ਹੋ ਗਿਆ ਸਿਰੋਂ ਲਹਿ ਗਿਆ ਆਪਣੇ ਕਰਜ਼ਾ ਜਦੋਂ ਮਨੁੱਖ ਦੇ ਕਰਜ਼ਾ ਲਹਿ ਜਾਂਦਾ ਮੁਕਤ ਹੋ ਜਾਂਦਾ ਹੈ ਨਾਮ ਜਪਦੇ ਹੋਏ ਸਿਮਰਨ ਕਰਦੇ ਹੋਏ ਫਿਰ ਇਹ ਜੋਤ ਪਰਮ ਜੋਤ ਦੇ ਵਿੱਚ ਰਲ ਜਾਂਦੀ ਹੈ ਉਹਨੂੰ ਕਿਹਾ ਜਾਂਦਾ ਸੰਪੂਰਨ ਥੀਆ ਰਾਮ ਸੋ ਨਹੀਂ ਤਾਂ ਕਹਿੰਦੇ ਇਹ ਤੋਂ ਚਲਤ ਪਿਆ ਇਹ ਮਰਿਆ ਨਹੀਂ ਜੀ ਇਹ ਤਾਂ ਅੱਗੇ ਚਲਿਆ ਗਿਆ ਸੋ ਇਤਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਸਹਿਜ ਪਾਠ ਆਰੰਭ ਕੀਤੇ ਹੋਏ ਸਨ ਜਿਨ੍ਹਾਂ ਦੇ ਹੁਣ ਨੌਵੇਂ ਪਾਤਸ਼ਾਹ ਦੇ ਵੈਰਾਗਮੀ ਸ਼ਲੋਕ ਭੋਗ ਦੇ ਸ਼ਲੋਕ ਪੜ੍ਹੇ ਜਾਣੇ ਹਨ ਸੋ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਮਨ ਬੁੱਧ ਚਿੱਤ ਇਕਾਗਰ ਕਰਕੇ ਉਹ ਵੈਰਾਗਮਈ ਭੋਗ ਦੇ ਜਿਹੜੇ ਸਲੋਕ ਨੇ
ਉਹ ਸਰਵਣ ਕਰਨੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਣਾ ਰਾਉ ਨ ਕੋ ਰਹੈ ਰੰਗਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਏ ਨਾ ਬੰਧੇ ਤੀਰ।